हेलो गाइस, वेलकम टू माय न्यू ब्लॉग। मैं तो सारे आई हो सारे ठीक हो। सो अज दोपहर दे वज गए 2:30 ते हुण आपां ब्लॉग स्टार्ट करदे आं। ते हुण मैं आपां लगे आं चौल खाण। अरमन पा के लेके आया वा। अरमन गया हुण लस्सी लस्सी पा के लियाउण। ते देख सकदे आं चौल मैनू कौली च पा के लिया के दित्ते आ, ते अरमन ने पाया प्लेट च। मैं इहनूं कहा, मैं कहा मैनूं तां कौली च पा के लिया रहे थोड़े जे। किन्ने कल्ले कल्ले बने आ चौल, बहुत ही स्वाद। ऐ लगता वा जिवें गुड़ वाले चौल होंदे आ, है ये नमकीन वाले आ। सो खाने आ। अरमन गया है लस्सी पाउण। अरमन लै आया लस्सी। लस्सी दे नाल चौल बहुत ही स्वाद लगते आ। सो आ मैनूं गिफ्ट आया वा। कित्थों आया वा? इटली तों आईआं। इहदे विच हैगीआं नेल पेंट। खोली, अरमन खोलूगा, अनबॉक्सिंग करके दिखाने हैं किदा दे नेल पेंट दे कलर आ। आ फड़ ला तू, मैं दिखाऊं ली। गट खोल गए तो सो पैकिंग खोल ली। ਤੇ ਇਹਦੇ ਵਿੱਚ ਹੈਗੀਆਂ ਨੇਲ ਪੇਂਟ। ਇੱਕ ਹੋਰ ਲਿਫਾਫਾ ਵਿੱਚ ਮੈਨੂੰ ਲੱਗਦਾ ਕੋਲ। ਅਰਮਨ ਐਂ ਕਿਹੜੀ ਕਰ ਦੇ, ਕਿਹੜੀ ਕਰ ਦੇ ਵਿੱਚ ਹੋਰ ਹੈ ਨਹੀਂ। ਕਿੰਨੀ ਸੋਹਣੀ ਚੀਜ਼ ਆ ਹਨਾ। ਸੋ ਕਲਰ ਹੈਗੇ ਆ ਲਾਈਟ ਲਾਈਟ ਕਲਰ ਆ, ਸੋਹਣੇ ਆ। ਥੈਂਕ ਯੂ ਜੀ ਜਿਹਨੇ ਭੇਜੇ ਆ। ਵਲੌਗ ਤਾਂ ਦੇਖਦੇ ਆ ਤੁਸੀਂ, ਬਹੁਤ ਸੋਹਣੇ ਕਲਰ ਲੱਗੇ ਮੈਨੂੰ। ਸੋ ਦੇਖ ਸਕਦੇ ਹੋ ਮੌਸਮ ਇੰਨਾ ਖਰਾਬ ਆ ਨਾ, ਕਹਿ ਗਿਰੀ ਮੈਂ ਕੋਸ਼ਿਸ਼ ਕਰ ਲਈ ਕਵਰ ਪਾਉਣ ਦੀ, ਪਰ ਮੇਰੇ ਤੋਂ ਕਵਰ ਨਹੀਂ ਪਿਆ ਗਾ। ਸਾਹ ਚੜ ਗਿਆ ਮੇਰਾ। ਪਹਿਲਾਂ ਕਵਰ ਪਾਇਆ ਪੂਰਾ ਪਾ ਕੇ, ਜਾਨੂੰ ਫਿਰ ਹਨੇਰੀ ਨੇ ਹਵਾ ਨੇ ਚੱਕ ਕੇ ਹੋ ਮਾਰਿਆ। ਸੋ ਹੁਣ ਮੈਂ ਫਿਰ ਟਰਾਈ ਕਰਦੀ ਹਾਂ, ਕੋਸ਼ਿਸ਼ ਕਰਦੀ ਹਾਂ ਕਵਰ ਪਾਉਣ ਦੀ। ਦੇਖਦੇ ਹਾਂ ਪੈਂਦਾ ਵਾ, ਨਹੀਂ ਤਾਂ ਫਿਰ ਜਦ ਤੱਕ ਅਰਮਨ ਆ ਜੂਗਾ ਫਿਰ ਅਰਮਨ ਪਵਾ। ਸੋ ਗਾਇਸ, ਅੱਜ ਮੈਂ ਬਣਾਉਣ ਲੱਗੀ ਹਾਂ ਬੜੀਆਂ। ਅਤੇ ਬੜੀਆਂ ਨੂੰ ਮੈਂ ਭਿਉਂ ਕੇ ਰੱਖਤਾ ਵਾ, ਅਤੇ ਭਿਉਂਤੇ 'ਤੇ ਪੋਲੀਆਂ ਪੋਲੀਆਂ ਹੋ ਜਾਂਦੀਆਂ। ਹੁਣ ਇਹਨੂੰ ਧੋ ਧੋ ਕੇ ਫਿਰ ਇਹਨੂੰ ਇੱਧਰ ਤੜਕਾ ਮੈਂ ਲਗਾਤਾ ਵਾ, ਤੜਕੇ ਦੇ ਵਿੱਚ ਪਾ ਦੇਣਾ ਵਾ। ਅਤੇ ਅੱਜ ਬਣਾਵਾਂਗੇ ਬੜੀਆਂ ਦੀ ਸਬਜ਼ੀ, ਅਤੇ ਧਨੀਆ ਚੀਰਿਆ ਹੋਇਆ ਵਾ, ਬਾਅਦ 'ਚ ਧਨੀਆ ਭੁੱਕ ਦੇਣਾ। ਬਹੁਤ ਹੀ ਟੇਸਟੀ ਅਤੇ ਬਹੁਤ ਹੀ ਸਵਾਦ। ਤਾਂ ਕਿਉਂ ਧਨੀਆ ਦੀ ਸਬਜ਼ੀ ਮੈਨੂੰ ਬਹੁਤ ਸਵਾਦ ਲੱਗਦੀ ਆ। ਸੋ ਬੜੀਆਂ ਦੀ ਸਬਜ਼ੀ ਜਿਹੜੀਆਂ ਆਹ ਵਾਲੀਆਂ ਬੜੀਆਂ ਹੁੰਦੀਆਂ ਨਾ, ਇਹਨਾਂ ਦੀ ਸਬਜ਼ੀ ਮੈਨੂੰ ਬਹੁਤ ਸਵਾਦ ਲੱਗਦੀ ਆ, ਕਿਉਂਕਿ ਜਦੋਂ ਪੋਲੀਆਂ ਪੋਲੀਆਂ ਹੁੰਦੀਆਂ ਨਾ, ਜਦੋਂ ਜਾੜ ਥੱਲੇ ਆਉਂਦੀਆਂ, ਬਹੁਤ ਹੀ ਟੇਸਟ ਆਉਂਦਾ ਇਹਨਾਂ ਦਾ। ਸੋ ਜਿਹਨੂੰ ਵਧੀਆ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹਨੂੰ ਇਹ ਵਾਲੀਆਂ ਬੜੀਆਂ ਸਵਾਦ ਲੱਗਦੀਆਂ। ਸੋ ਇਹ ਬੜੀਆਂ ਦੀ ਸਬਜ਼ੀ ਦੇ ਵਿੱਚ ਪਾਵਾਂਗੇ ਆਪਾਂ ਆਹ ਵਾਲੀਆਂ ਬੜੀਆਂ, ਜਿਹੜੀਆਂ ਵੱਡੀਆਂ ਬੜੀਆਂ ਹੁੰਦੀਆਂ। ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਕੁੱਟ ਲਿਆ ਵਾ, ਪਹਿਲਾਂ ਨਹੀਂ ਪਾਈਆਂ ਤੜਕੇ 'ਚ, ਇਹਨੂੰ ਤੜਕੇ 'ਚ ਵੀ ਪਾ ਸਕਦੇ ਹੋ। ਅਤੇ ਸੋ ਮੈਂ ਪਹਿਲਾਂ ਪਾਈਆਂ ਨਹੀਂ, ਹੁਣ ਪਾਤੀਆਂ। ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਵਾ। ਸੋ ਹੁਣ ਪਾਵਾਂਗੇ ਆਪਾਂ ਬੜੀਆਂ। ਸੋ ਬੜੀਆਂ ਚੰਗੀ ਤਰ੍ਹਾਂ ਧੋ ਲਈਆਂ ਮੈਂ ਦੁਬਾਰੇ, ਅਤੇ ਹੁਣ ਇਹਨਾਂ ਨੂੰ ਪਾਵਾਂਗੇ ਆਪਾਂ। ਇੱਦਾਂ ਹੀ ਚੱਕ ਕੇ ਪਾ ਦੇਣੀਆਂ। ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹਨੂੰ ਇਹ ਵਧੀਆ ਲੱਗਦੀਆਂ ਵਾ ਬੜੀਆਂ, ਮੈਨੂੰ ਬਹੁਤ ਸਵਾਦ ਲੱਗਦੀਆਂ ਵਾ। ਸੋ ਗਾਇਸ, ਮੇਰਾ ਨਾ ਅੱਜ ਰੋਟੀ ਖਾਣ ਨੂੰ ਬਿਲਕੁਲ ਮਨ ਨਹੀਂ ਕਰਦਾ ਗਾ, ਅਤੇ ਅਰਮਨ ਅਤੇ ਦਮਨ ਨੇ ਤਾਂ ਰੋਟੀ ਪਾ ਲਈ ਆ, ਉਹ ਖਾਣ ਲੱਗ ਗਏ ਰੋਟੀ। ਅਤੇ ਮੈਂ ਪਤਾ ਕੀ ਕਰਦੀ ਹਾਂ, ਅੱਜ ਥੋੜ੍ਹੇ ਜਿਹੇ ਚੌਲ ਪਏ ਸੀ ਦੁਪਹਿਰੇ, ਬਣਾਏ ਸੀ ਜਿਹੜੇ ਚੌਲ, ਉਹ ਚੌਲ ਆ। ਅਤੇ ਦੁੱਧ 'ਚ ਪੱਤੀ ਪਾ ਕੇ ਬਣਾਈ ਆ। ਪਹਿਲਾਂ ਮੈਂ ਇਕੱਲੀ ਦੁੱਧ, ਇਹੀ ਦੁੱਧ ਚਾਹ ਜੀ ਬਣਾ ਕੇ ਪੱਤੀ ਪਾ ਕੇ, ਮੇਰਾ ਇਰਾਦਾ ਸੀਗਾ ਵੀ ਮੈਂ ਇਕੱਲੀ ਪੀ ਕੇ ਪੈ ਜਾਵਾਂ। ਸੋ ਫਿਰ ਮੈਂ ਸੋਚਿਆ ਵੀ ਥੋੜ੍ਹੇ ਜਿਹੇ ਚੌਲ ਪਾ ਕੇ ਨਾ ਖਾ ਕੇ ਦੇ ਦਿਨ 'ਚ ਸਵਾਦ ਲੱਗੇ ਤਾਂ ਫਿਰ ਮੈਂ ਖਾਊਂਗੀ। ਅਤੇ ਵਿੱਚ ਬੜੀਆਂ ਵਾਲੀ ਸਬਜ਼ੀ ਪਾ ਲੈਂਦੀ ਹਾਂ ਇਹਦੇ ਵਿੱਚ ਮਿਕਸ ਕਰਕੇ। ਸੋ ਦੇਖਦੇ ਹਾਂ ਟੇਸਟ ਇਹਦਾ ਕਿਵੇਂ ਬਣਦਾ ਵਾ, ਖਾ ਕੇ ਦੇਖਦੇ ਹਾਂ। ਅੱਜ ਪਾਣੀ ਨਹੀਂ ਨਾਲ ਮੈਂ ਲੈਣਾ, ਨਾਲ ਇਹਦੇ ਲੈਣੀ ਆ ਚਾਹ। ਦੁੱਧ 'ਚ ਪੱਤੀ ਪਾਈ ਆ, ਬਹੁਤ ਹੀ ਸਵਾਦ ਲੱਗਦੀ ਆ। ਪਹਿਲਾਂ ਤਾਂ ਮੇਰਾ ਇਕੱਲਾ ਹੀ ਇਰਾਦਾ ਸੀਗਾ, ਫਿਰ ਮੈਂ ਸੋਚਿਆ ਵੀ ਥੋੜ੍ਹਾ ਜਿਹਾ ਹਲਕਾ ਜਿਹਾ ਖਾਣਾ ਖਾ ਲੈਂਦਾ।